ਇਹਨਾਂ ਦੇ ਵੱਲੋਂ ਜਿਹੜੀ ਕੋਈ ਵੀ ਗੱਡੀ ਖਰਾਬ ਹੁੰਦੀ ਉਸ ਨੂੰ ਜਿਹੜਾ ਕਿ ਫ੍ਰੀ ਦੇ ਵਿੱਚ ਇਹਨਾਂ ਦੇ ਵੱਲੋਂ ਠੀਕ ਕੀਤਾ ਜਾਵੇਗਾ ਤਾਂ ਇਹ ਸੇਵਾ ਨਿਭਾਈ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਕਿਸੇ ਵੀ ਬੰਦੇ ਦੀ ਗੱਡੀ ਖਰਾਬ ਹੁੰਦੀ ਹੈ ਤਾਂ ਬਿਲਕੁਲ ਫ੍ਰੀ ਆਫ ਕੋਸਟ ਮੁਫਤ ਠੀਕ ਕੀਤੀ ਜਾਊਗੀ। ਇਹ ਨਹੀਂ ਵੀ ਅੱਜ ਹੀ ਅਸੀਂ ਜੇ ਦੇਖਿਆ ਵੀ ਅੱਜ ਹੀ ਜੇ ਖੁਦਾ ਨਾ ਖਾਸਤਾ ਕੋਈ ਬੰਦਾ ਸਾਡੇ ਕੋਲ ਇੱਦਾਂ ਵੀ ਚੱਲ ਕੇ ਆ ਜਾਂਦਾ ਅਸੀਂ ਉਦੋਂ ਵੀ ਬਿਲਕੁਲ ਸੇਵਾ ਕੀਤੀ ਜਾਂਦੀ ਹੈ। ਜਦੋਂ ਸੰਗਤ ਨੇ ਫੋਨ ਕੀਤਾ ਹੋਵੇ ਅਤੇ ਸੇਵਾ ਜਦੋਂ ਬੰਦਾ ਕਰਦਾ ਹੋਵੇ ਅਤੇ ਸੇਵਾ ਨੂੰ ਮੱਲੋ ਮੱਲੀ ਬੰਦਾ ਰਹਿ ਨਹੀਂ ਸਕਦਾ ਅਤੇ ਇਸੇ ਚੀਜ਼ ਨੂੰ ਅਸੀਂ ਪਹਿਲਾਂ ਹੀ ਸੋਚਿਆ ਵੀ ਕਿਸੇ ਸੰਗਤ ਨੂੰ ਲੋੜਵੰਦ ਹੀ ਫੋਨ ਕਰਦਾ ਨਹੀਂ ਤਾਂ ਕਿਸੇ ਨੂੰ ਲੋੜ ਨਹੀਂ। ਜਿਹੜੀ ਸਾਡੀ ਵਰਕਸ਼ਾਪ ਹੈ 5 ਸਾਲ ਦੀ ਹੈ ਅਤੇ ਪਿਛਲੇ 3 ਸਾਲ ਤੋਂ ਅਸੀਂ ਇਹ ਉਪਰਾਲਾ ਕੀਤਾ ਸੀ ਅਤੇ ਅੱਜ ਸਾਡਾ 3ਜਾ ਸਾਲ। ਜਦੋਂ ਅਸੀਂ ਪਹਿਲੀ ਵਾਰੀ ਸ਼ੁਰੂ ਕੀਤਾ ਸੀ ਅਸੀਂ 5 ਜਣੇ ਸੀ ਅਤੇ ਹੁਣ ਅਸੀਂ ਸ਼ੁਰੂ ਕੀਤਾ ਅਤੇ ਸਾਡੇ ਨਾਲ 22 ਤੋਂ 23 ਮੈਂਬਰ ਨੇ ਔਰ ਅਸੀਂ 5-5 ਬੰਦਿਆਂ ਦੀ ਟੀਮ ਹੈ ਕਿਉਂਕਿ ਇੱਕ ਬੰਦਾ 24 ਘੰਟੇ ਡਿਊਟੀ ਨਹੀਂ ਨਿਭਾ ਸਕਦਾ। ਜਿਹੜੀ ਅੱਜ ਅਸੀਂ ਲੰਗਰ ਦੀ ਅਤੇ ਉਸ ਤੋਂ ਬਾਅਦ ਹਰਮਨ ਮੋਟਰ ਵੱਲੋਂ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਫ੍ਰੀ ਸੇਵਾ ਦਰਾਹੇ ਨਹਿਰ ਤੱਕ ਕੀਤੀ ਗਈ ਹੈ 24 ਘੰਟੇ ਆਲਵੇਜ਼ ਹਾਜ਼ਰ ਹੈ। ਚਲੋ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਵੀ ਜਦੋਂ ਪੋਹ ਦਾ ਮਹੀਨਾ ਆਉਂਦਾ ਸੀ ਨਾ ਜੀ ਅਤੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਮੰਜਿਆਂ 'ਤੇ ਨਹੀਂ ਸੌਂਦੇ ਸੀ ਜ਼ਮੀਨ 'ਤੇ ਸੌਂਦੇ ਹੁੰਦੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਨਾ ਅਜੀਤ ਨੂੰ ਕੋਈ ਜਿੱਤ ਸਕਿਆ, ਨਾ ਜੁਝਾਰ ਨੂੰ ਵਰਗਾ ਕੋਈ ਜੂਝ ਸਕਿਆ, ਨਾ ਜ਼ੋਰਾਵਰ ਸਿੰਘ ਵਰਗਾ ਕੋਈ ਜ਼ੋਰ ਲਾ ਸਕਿਆ, ਨਾ ਫਤਿਹ ਨੂੰ ਫਤਿਹ ਕਰ ਸਕਿਆ।